ਖੈਰ ਗੱਡੀ ਮੈਂ ਨਿਕਲ ਗਿਆ ਫੜ ਲਿਆ ਕਰਤਾ ਪੂਰਾ ਉਤਾਂ ਹੋ ਗਏ ਬਹੁਤ ਦੇ ਮਾਰ ਕੀ ਗੋਲੀ ਭੱਜੀ ਨਾ ਗੋਲੀ ਗੋਲੀ ਵਾਈਫਾਈ ਕੱਟੇ ਦੋ ਗੁੱਟਾਂ ਦੇ ਵਿੱਚ ਜ਼ਬਰਦਸਤ ਕੁੱਟਮਾਰ ਹੋਈ ਜਿਸ ਕਾਰਨ ਇੱਕ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਇਹ ਕੁੱਟਮਾਰ ਤਕਰੀਬਨ 50-60 ਨੌਜਵਾਨਾਂ ਦੇ ਵਿਚਕਾਰ ਹੋਈ ਹੈ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੀ ਪੁਲਿਸ ਡੂੰਘਾਈ ਦੇ ਨਾਲ ਜਾਂਚ ਵੀ ਕਰ ਰਹੀ ਹੈ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨਾਂ ਦਾ ਇਹ ਝੁੰਡ ਕਿਵੇਂ ਇੱਕ ਦੂਜੇ 'ਤੇ ਲਾਠੀਆਂ ਤਲਵਾਰਾਂ ਲੈ ਕੇ ਹਮਲਾ ਕਰ ਰਿਹਾ ਹੈ ਜਾਣਕਾਰੀ ਮੁਤਾਬਿਕ ਇਹ ਕੁੱਟਮਾਰ ਦੀ ਘਟਨਾ ਖਰੜ ਲੁਧਿਆਣਾ ਰੋਡ ਦੇ ਕੋਲ ਇੱਕ ਨਿੱਜੀ ਹੋਟਲ ਦੇ ਸਾਹਮਣੇ ਵਾਪਰੀ ਹੈ ਹਾਲਾਂਕਿ ਮੋਹਾਲੀ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਮਾਮਲਾ ਵੀ ਦਰਜ ਕਰ ਲਿਆ ਕੁੱਟਮਾਰ ਦੀ ਇਹ ਵੀਡੀਓ ਹੁਣ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 50-60 ਨੌਜਵਾਨ ਕਿਵੇਂ ਇੱਕ ਦੂਜੇ 'ਤੇ ਹਮਲਾ ਕਰਦੇ ਨਜ਼ਰ ਆ ਰਹੇ ਨੇ ਅਤੇ ਇੱਕ ਮੁੰਡੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਉਸਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਕਰਤਾ ਪੂਰਾ ਉਤਾਂ ਹੋ ਗਏ ਬਹੁਤ ਦੇ ਮਾਰ ਕੀ ਗੋਲੀ ਭੱਜੀ ਨਾ ਗੋਲੀ ਗੋਲੀ ਵਾਈਫਾਈ ਕੱਟੇ ਖੈਰ ਗੱਡੀ ਮੈਂ ਨਿਕਲ ਗਿਆ ਫੜ ਲਿਆ ਕਰਤਾ ਪੂਰਾ ਉਤਾਂ ਹੋ ਗਏ ਬਹੁਤ ਦੇ ਮਾਰ ਕੀ ਗੋਲੀ ਭੱਜੀ ਨਾ ਗੋਲੀ ਗੋਲੀ ਵਾਈਫਾਈ ਕੱਟੇ ਦੋ ਗੁੱਟਾਂ ਦੇ ਵਿੱਚ ਜ਼ਬਰਦਸਤ ਕੁੱਟਮਾਰ ਹੋਈ ਜਿਸ ਕਾਰਨ ਇੱਕ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਇਹ ਕੁੱਟਮਾਰ ਤਕਰੀਬਨ 50-60 ਨੌਜਵਾਨਾਂ ਦੇ ਵਿਚਕਾਰ ਹੋਈ ਹੈ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੀ ਪੁਲਿਸ ਡੂੰਘਾਈ ਦੇ ਨਾਲ ਜਾਂਚ ਵੀ ਕਰ ਰਹੀ ਹੈ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨਾਂ ਦਾ ਇਹ ਝੁੰਡ ਕਿਵੇਂ ਇੱਕ ਦੂਜੇ 'ਤੇ ਲਾਠੀਆਂ ਤਲਵਾਰਾਂ ਲੈ ਕੇ ਹਮਲਾ ਕਰ ਰਿਹਾ ਹੈ ਜਾਣਕਾਰੀ ਮੁਤਾਬਿਕ ਇਹ ਕੁੱਟਮਾਰ ਦੀ ਘਟਨਾ ਖਰੜ ਲੁਧਿਆਣਾ ਰੋਡ ਦੇ ਕੋਲ ਇੱਕ ਨਿੱਜੀ ਹੋਟਲ ਦੇ ਸਾਹਮਣੇ ਵਾਪਰੀ ਹੈ ਹਾਲਾਂਕਿ ਮੋਹਾਲੀ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਮਾਮਲਾ ਵੀ ਦਰਜ ਕਰ ਲਿਆ ਕੁੱਟਮਾਰ ਦੀ ਇਹ ਵੀਡੀਓ ਹੁਣ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 50-60 ਨੌਜਵਾਨ ਕਿਵੇਂ ਇੱਕ ਦੂਜੇ 'ਤੇ ਹਮਲਾ ਕਰਦੇ ਨਜ਼ਰ ਆ ਰਹੇ ਨੇ ਅਤੇ ਇੱਕ ਮੁੰਡੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਉਸਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਖੈਰ ਗੱਡੀ ਮੈਂ ਨਿਕਲ ਗਿਆ ਫੜ ਲਿਆ ਕਰਤਾ ਪੂਰਾ ਉਤਾਂ ਹੋ ਗਏ ਬਹੁਤ ਦੇ ਮਾਰ ਕੀ ਗੋਲੀ ਭੱਜੀ ਨਾ ਗੋਲੀ ਗੋਲੀ ਵਾਈਫਾਈ ਕੱਟੇ